ਆਲ ਟੂ ਨਿਊਜ਼ ਖਬਰਾਂ ਦੇ ਵਿੱਚ ਤੁਹਾਡਾ ਸਵਾਗਤ। ਪਿੱਛੇ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਅਕਾਲੀ ਦਲ ਦੇ ਖਤਮ ਹੋਣ ਦਾ ਜਿਹੜਾ ਬਿਆਨ ਆਇਆ ਸੀ, ਉਹਦੇ 'ਤੇ ਬੜੀ ਤਿੱਖੀ ਪ੍ਰਕਿਰਿਆ ਕੀਰਤਨੀਏ ਸਿੰਘਾਂ ਵੱਲੋਂ ਆਈ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ ਸਿੰਘ ਇਕੱਠੇ ਹੋ ਗਏ ਹਨ ਅਤੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਕਾਲੀ ਦਲ ਬਾਰੇ ਕਿਹਾ ਹੈ। ਆਓ ਦੇਖਦੇ ਹਾਂ ਕੀਰਤਨੀਏ ਸਿੰਘਾਂ ਨੇ ਕੀ ਕਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਕੀਰਤਨੀਏ, ਸ਼੍ਰੋਮਣੀ ਰਾਗੀ ਸਭਾ, ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਫ਼ਤਰ। ਪਿਛਲੇ ਦਿਨੀ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ ਹੈ, ਉਹਦੇ ਨਾਲ ਸਾਰੇ ਸਿੱਖ ਜਗਤ ਨੂੰ ਬੜਾ ਦੁੱਖ ਪਹੁੰਚਿਆ ਹੈ। ਅਤੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਸਿੰਘ ਸਾਹਿਬ ਜੀ ਵੱਲੋਂ ਵਰਤੀ ਸ਼ਬਦਾਵਲੀ ਸਿੱਖਾਂ ਪ੍ਰਤੀ, ਉਹਦੇ ਨਾਲ ਹੋਰ ਵੀ ਸਾਨੂੰ ਦੁੱਖ ਪਹੁੰਚਿਆ ਅਤੇ ਇਸੇ ਕਰਕੇ ਅਸੀਂ ਅੱਜ ਇੱਥੇ ਸਿੰਘ ਸਾਹਿਬ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਏ ਸੀਗੇ। ਅਤੇ ਸਿੰਘ ਸਾਹਿਬ ਜੀ ਤਾਂ ਹੈ ਨਹੀਂ, ਅਤੇ ਆਪਾਂ ਆਪਣੀ ਚਿੱਠੀ ਦੇ ਵਿੱਚ ਸਾਰੇ ਆਪਣੇ ਵਿਚਾਰ ਲਿਖ ਕੇ ਉਹਨਾਂ ਨੂੰ ਦੇ ਕੇ ਜਾ ਰਹੇ ਹਾਂ। ਇਹ ਜਿਹੜਾ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ, ਬਹੁਤ ਵੱਡਾ ਅਸਥਾਨ ਹੈ, ਨਿਰਪੱਖ ਅਸਥਾਨ ਹੈ, ਅਤੇ ਇੱਥੋਂ ਨਿਰਪੱਖਤਾ ਦੀ ਗੱਲ ਹੀ ਹੋਣੀ ਚਾਹੀਦੀ ਹੈ। ਅਤੇ ਜਥੇਦਾਰ, ਉਹਨਾਂ ਦੀ ਪਦਵੀ ਬੜੀ ਉੱਚੀ ਹੈ, ਅਤੇ ਉਹਨਾਂ ਦੇ ਬੋਲਾਂ ਵਿੱਚੋਂ ਵੀ ਨਿਰਪੱਖ ਹੀ ਝਲਕਣੀ ਚਾਹੀਦੀ ਹੈ ਗੱਲ, ਜੋ ਉਹਨਾਂ ਦੇ ਬੋਲਾਂ ਵਿੱਚ ਨਜ਼ਰ ਨਹੀਂ ਆਉਂਦੀ। ਉਸੇ ਰੋਸ ਵਜੋਂ ਅੱਜ ਆਪਾਂ ਇੱਥੇ ਸਾਰੇ ਸ਼੍ਰੋਮਣੀ ਰਾਗੀ ਸਭਾ ਦੇ ਸਾਰੇ ਕੀਰਤਨੀਏ ਵੀ ਇਕੱਠੇ ਹੋਏ ਹਾਂ, ਅਤੇ ਇਹ ਆਪਣੀ ਚਿੱਠੀ ਅਸੀਂ ਉਹਨਾਂ ਨੂੰ ਦੇਣ ਆਏ ਸੀਗੇ, ਜੋ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਸ਼੍ਰੋਮਣੀ ਰਾਗੀ ਸਭਾ ਦਾ ਬਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੇਨਤੀ ਹੈ ਕਿ ਪਿਛਲੀ ਦਿਨੀ ਆਪ ਜੀ ਵੱਲੋਂ ਦਿੱਤੇ ਬਿਆਨ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਚੋਟ ਲੱਗੀ ਹੈ। ਸਿੱਖਾਂ ਪ੍ਰਤੀ ਆਪ ਜੀ ਨੇ ਬਦਤਮੀਜ਼ ਲਫ਼ਜ਼ ਵਰਤਿਆ ਹੈ। ਆਪ ਜੀ ਜਿਸ ਤਖ਼ਤ ਤੇ ਖਲੋ ਕੇ ਬੋਲਦੇ ਹੋ, ਉੱਥੋਂ ਦੀ ਆਵਾਜ਼ ਨੂੰ ਸਾਰੀ ਕੌਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਵਾਜ਼ ਮੰਨਦੀ ਹੈ। ਸੋ ਆਪ ਜੀ ਨੂੰ ਬੜੇ ਸਦੇ ਹੋਏ ਬੋਲ ਬੋਲਣੇ ਚਾਹੀਦੇ ਹਨ। ਜਥੇਦਾਰ ਜੀ, ਆਪ ਜੀ ਦੇ ਕਾਰਜਕਾਲ ਦੌਰਾਨ ਬਹੁਤ ਮੌਕੇ ਇਸ ਤਰ੍ਹਾਂ ਦੇ ਆਏ ਜਦੋਂ ਆਪ ਜੀ ਨੂੰ ਬੋਲਣਾ ਚਾਹੀਦਾ ਸੀ, ਆਪ ਨਹੀਂ ਬੋਲੇ। ਆਪ ਜੀ ਨੇ ਅਕਾਲੀ ਦਲ ਦੀ ਗੱਲ ਕੀਤੀ, ਅਕਾਲੀ ਦਲ ਦੇ ਕੁਝ ਬੰਦੇ ਜੋ ਸਿੱਖੀ ਸਿਧਾਂਤਾਂ ਨੂੰ ਢਾਹ ਲਾ ਰਹੇ ਸਨ, ਉਹਨਾਂ ਨੂੰ ਲੋਕਾਂ ਨੇ ਨਕਾਰਿਆ ਹੈ, ਨਾ ਕਿ ਸਾਰੇ ਅਕਾਲੀ ਦਲ ਨੂੰ। ਜਥੇਦਾਰ ਜੀ, ਅਕਾਲੀ ਦਲ ਵਿੱਚ ਸਿਰਫ ਉਹੀ ਬੰਦੇ ਨੇ ਜੋ ਚੋਣਾਂ ਵਿੱਚ ਹਾਰੇ ਨੇ, ਅਕਾਲੀ ਦਲ ਕੁਰਬਾਨੀਆਂ ਨਾਲ ਬਣਿਆ ਹੈ, ਸੋ ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਆਪਣੇ ਬਿਆਨ ਵਿੱਚ ਆਪ ਕੁਝ ਬੰਦਿਆਂ ਦਾ ਪੱਖ ਕਰਦੇ ਹੀ ਲੱਗ ਰਹੇ ਹੋ, ਜੋ ਆਪ ਜੀ ਨੂੰ ਸ਼ੋਭਾ ਨਹੀਂ ਦਿੰਦਾ। ਜ਼ਿਆਦਾ ਗੱਲਾਂ ਨਾ ਲਿਖਦੇ ਹੋਏ ਬੇਨਤੀ ਕਰਦੇ ਹਾਂ ਕਿ ਆਪ ਜੀ ਇਸ ਤਖ਼ਤ ਦੀ ਮਹਾਨਤਾ ਦਾ ਖਿਆਲ ਰੱਖ ਕੇ ਹੀ ਬਿਆਨ ਦਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ।